ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਕਿਰਨ ਖੇਰ ਤੋਂ ਜੇ ਗੱਲ ਕਰੀਏ ਤਾਂ ਅਨੁਪਮ ਖੇਰ ਦਾ ਤੁਸੀਂ ਜ਼ਿਕਰ ਕੀਤਾ ਹੈ, ਕਸ਼ਮੀਰ ਫਾਈਲ ਫਿਲਮ ਵਿਵਾਦ ਹੈ, ਉਹਨਾਂ ਨੇ ਇਹਨੂੰ ਬਿਲਕੁਲ ਐਨ ਜਿੱਦਾਂ ਮੱਖਣ 'ਚੋਂ ਆਵਾਜ਼ ਨਹੀਂ ਕੱਢੀ ਤਾਂ ਐਵੇਂ ਕੱਢ ਕੇ ਰੱਖ ਦਿੱਤਾ। IMIFFI ਦੀ ਜਿਹੜੀ ਯੂਰੀ ਪ੍ਰਧਾਨ ਨੇ ਨਦਾਬ ਲੇਪਿਡ ਫਿਲਮ ਅਸ਼ਲੇਲ ਅਤੇ ਪ੍ਰੋਪੇਗੰਡਾ। ਇਜ਼ਰਾਈਲ ਅਤੇ ਰਾਜਦੂਤ ਨੌਰ ਗਲੋਨ ਨੇ ਕਿਹਾ ਕਿ ਫਿਲਮ ਠੀਕ, ਸਿਆਸਤ ਵੀ ਕਾਫੀ ਮਗੀ ਹੋਈ ਹੈ। ਕੀ ਕਹਿਣਾ ਚਾਹੋ? ਸਿਆਸਤ ਭੜ ਗਈ ਹੈ ਜੀ। ਅਦਿੱਤਿਆ ਠਾਕੁਰ ਜਿਹੜੇ ਹੈਗੇ ਆ ਜੀ ਮਹਾਰਾਸ਼ਟਰ ਦੇ, ਉਹਨਾਂ ਨੇ ਕਹਿ ਤਾ ਕਿ ਜੀ ਤੁਸੀਂ ਫਿਲਮ ਨੂੰ ਦਿਖਾ ਕੇ ਲੋਕਾਂ ਨੂੰ ਭਰਾਵਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੀ। ਇਹ ਫਿਲਮ ਜਿਹੜੀ ਹੈਗੀ ਆ ਇਹ ਅਸਲੀ ਤੱਥ ਤੋਂ ਕੋਹਾਂ ਦੂਰ ਹੈ, ਤੇ ਤੁਸੀਂ ਆ ਦੇਖੋ ਜੀ ਕਸ਼ਮੀਰ ਵਿੱਚ ਅੱਜ ਜੀ ਪੰਡਤਾਂ ਨੇ ਬੁਰਾ ਹਾਲ ਹੋਇਆ ਉੱਥੇ। ਫੜਨਵੀਸ ਨੇ ਕਹਿ ਤਾ ਕਿ ਤੁਹਾਨੂੰ ਫਿਲਮ ਦੇ ਬਾਰੇ ਏਦਾਂ ਬੋਲਣ ਦੀ ਕੋਈ ਇਜਾਜ਼ਤ ਨਹੀਂ ਦਏਗਾ, ਅਸੀਂ ਸਾਨੂੰ ਪਤਾ ਫਿਲਮ ਕੀ ਚੀਜ਼ ਆ ਇਹ। ਪਰ ਵੱਡੀ ਗੱਲ ਉਦੋਂ ਇਹ ਸਾਹਮਣੇ ਆਈ ਉਸ ਤੋਂ ਪਹਿਲਾਂ ਕਿ ਜਦੋਂ IFF ਜਿਹੜੀ ਆਈ ਸੀਗੀ, ਇੰਟਰਨੈਸ਼ਨਲ ਫਿਲਮ ਫੇਅਰ ਮੇਲਾ ਹੁੰਦਾ ਇਹ, ਉਹਦੇ ਵਿੱਚ ਫਿਲਮਾਂ ਨੂੰ ਦਿਖਾਉਣ ਵਾਸਤੇ ਉਹਨਾਂ ਦੇ ਇਨਾਮ ਸਨਮਾਨ ਵਾਸਤੇ ਫਿਲਮਾਂ ਨੂੰ ਰੱਖੇ ਜਾਂਦੇ ਨੇ ਉਹ, ਤੇ ਉਹਦੇ ਵਿੱਚ ਜਿਹੜਾ ਲੈਪਰਡ ਸੀਗਾ IFFI ਦੇ ਦੀ ਜੂਰੀ ਦਾ ਪ੍ਰਧਾਨ ਹੈਗਾ, ਉਸ ਨੇ ਇਸ ਫਿਲਮ ਬਾਰੇ ਬੜੀ ਟਿੱਪਣੀ ਕੀਤੀ ਹੈ, ਵੱਡੀ ਟਿੱਪਣੀ ਕੀਤੀ ਹੈ। ਇੰਟਰਨੈਸ਼ਨਲ ਪੱਧਰ ਦਾ ਮੇਲਾ ਹੈਗਾ, ਉਹਨੇ ਕਿਹਾ ਕਹਿੰਦੇ ਇਹ ਫਿਲਮ ਅਸ਼ਲੀਲ ਹੈਗੀ ਆ, ਇਹ ਫਿਲਮ ਪ੍ਰੋਪੋਗੰਡਾ ਫਿਲਮ ਹੈਗੀ ਆ, ਇਹ ਫਿਲਮ ਇੱਕ ਧਿਰ ਨੂੰ ਬਦਨਾਮ ਕਰਨ ਵਾਸਤੇ ਬਣਾਈ ਗਈ ਫਿਲਮ ਹੈਗੀ ਹੈ। ਉਸ ਫਿਲਮ 'ਤੇ ਕਾਫੀ ਟਿੱਪਣੀਆਂ ਕੀਤੀਆਂ ਨੇ ਉਹ, ਭਾਵੇਂ ਕਿ ਇਜ਼ਰਾਈਲ ਦੇ ਰਾਜਦੂਤ ਜਿਹੜੇ ਹੈਗੇ ਆ ਨੌਰ ਗਲੋਨ, ਉਸ ਨੇ ਇਸ ਗੱਲ ਦੀ ਮਾਫ਼ੀ ਮੰਗੀ ਆ ਕਿ ਜੀ ਬਿਲਕੁਲ ਇਹ ਜਿਹੜੀ ਗੱਲ ਆਖੀ ਆ IFFI ਦੇ ਪ੍ਰਧਾਨ ਨੇ, ਸਾਨੂੰ ਇਸ ਗੱਲ ਦੀ ਚਿੰਤਾ ਹੈਗੀ ਆ, ਫਿਲਮ ਠੀਕ ਸੀਗੀ, ਇਹ ਗੱਲ ਉਹਨਾਂ ਨੇ ਆਪਣੇ ਆਪ ਦਾ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਜੇਕਰ ਅਸੀਂ ਲੈਪਰਡ ਦੀ ਗੱਲ ਪੂਰੀ ਸੁਣ ਲੈਂਦੇ ਹਾਂ, ਪੂਰੀ ਗੱਲ ਕਰਦੇ ਹਾਂ, ਤੇ ਉਹ ਬੜਾ ਆਪਣੇ ਦਿਲ ਤੇ ਆਪਣੇ ਥਾਂ ਤੇ ਅੜਿਆ ਖੜਿਆ ਕਿ ਫਿਲਮ ਇਹ ਫੈਸਟੀਵਲ ਦੇ ਵਿੱਚ ਇਸ ਮੇਲੇ ਦੇ ਵਿੱਚ ਦਿਖਾਉਣ ਦੀ ਗੱਲ ਤਾਂ ਦੂਰ ਕਿ ਇੱਥੇ ਨੇੜੇ ਵੀ ਫੜਕਣ ਨਹੀਂ ਦੇਣੀ ਚਾਹੀਦੀ, ਇਹ ਇਹੋ ਜਿਹੀ ਫਿਲਮ ਹੈਗੀ ਆ। ਉਹ ਕਹਿੰਦੇ ਆ ਕਿ ਜਿਹੜਾ ਫਿਲਮ ਦਾ ਪ੍ਰੋਡਿਊਸਰ ਹੈਗਾ ਉਸਨੇ ਕਿਹਾ ਜੀ ਫਿਲਮ ਨੇ ਕਰੋੜਾਂ ਦਾ 250 ਕਰੋੜ ਦਾ ਵਪਾਰ ਕੀਤਾ ਇੰਡੀਆ ਦੇ ਵਿੱਚ, ਤੁਸੀਂ ਫਿਲਮ ਵਾਲਾ ਕਿਵੇਂ ਕਹਿ ਸਕਦੇ ਹੋ? ਤਾਂ ਉਹ 250 ਕਰੋੜ ਦੇ ਵਪਾਰ ਦੀ ਗੱਲ ਕਰੀ ਜਾਂਦਾ। ਅਨੁਪਮ ਖੇਰ ਕਹਿੰਦਾ ਜੀ ਜਿਹੜਾ IFFI ਦਾ ਜਿਊਰੀ ਦਾ ਪ੍ਰਧਾਨ ਲੈਪਰਡ ਹੈਗਾ ਉਹਦੀ ਆਪਣੀ ਮਾਨਸਿਕਤਾ ਠੀਕ ਨਹੀਂ ਹੈਗੀ, ਉਹ ਮਾਨਸਿਕਤਾ ਤੋਂ ਕੋਰਾ ਬੰਦਾ ਹੈਗਾ, ਇਸ ਕਰਕੇ ਫਿਰ ਉਹਨੂੰ ਮਾੜਾ ਕਿ ਕਾਫੀ ਵੱਡਾ ਵਿਵਾਦ ਖੜਾ ਹੋ ਰਿਹਾ। ਫਿਲਮਾਂ ਜਿੰਨੀਆਂ ਵੀ ਬਣਦੀਆਂ ਨੇ ਉਹਦੇ ਵਿੱਚ ਕੁਝ ਸਟੋਰੀ ਜਿਹੜੀ ਹੈ ਉਹ ਤੁਸੀਂ ਦੇਖੋ, ਕੋਈ ਵੀ ਫਿਲਮ ਲੈ ਲਓ ਉਹਦੇ ਵਿੱਚ ਕੁਝ ਐਡ ਕੀਤਾ ਜਾਂਦਾ। ਜਿੱਦਾਂ ਆਪਾਂ ਕੁਝ ਫਿਲਮਾਂ ਕਮਰਸ਼ਲ ਫਿਲਮ 'ਤੇ ਜਦੋਂ ਵੀ ਤੁਸੀਂ ਲੈ ਲਓ ਕਮਰਸ਼ਲ ਹੁੰਦੀ ਹੈ, ਕਮਰਸ਼ਲਾਈਜ਼ ਕਰਨ ਵਾਸਤੇ ਉਹਦੇ ਵਿੱਚ ਕੁਛ ਨਾ ਕੁਝ ਅਜਿਹਾ ਠੋਕ ਦਿੱਤਾ ਜਾਂਦਾ, ਵਾਰ ਦਿੱਤਾ ਜਾਂਦਾ ਕਿ ਇਹ ਤਾਂ ਹੈ ਕਿ ਹੁਣ ਚਲੋ ਆਪਾਂ ਇਹਦੀ ਗੱਲ ਕਰ ਲਈਏ, ਮਤਲਬ ਆਪਣਾ ਜਿਹੜੀ ਕਸ਼ਮੀਰ ਫਿਲਮ ਦੀ ਆ, ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਦਿਖਾਇਆ ਗਿਆ, ਜੋ ਕੁਝ ਵੀ ਵਿਖਾਇਆ ਗਿਆ ਹੁਣ ਫਿਲਮ ਕਸ਼ਮੀਰ ਜਿਹੜੀ ਹੈ ਫਾਈਲ, ਉਹਦੇ ਵਿੱਚ ਮਤਲਬ ਇੱਕ ਪਾਸੇ ਬੰਦੇ ਮਰ ਰਹੇ ਹੋਣ, ਇੱਕ ਪਾਸੇ ਘਰਾਂ ਦੇ ਵਿੱਚ ਵਹਿਣ ਪੈਂਦੇ ਹੋਣ, ਤਾਂ ਦੂਜੇ ਪਾਸੇ ਕੁਝ ਇਹੋ ਜਿਹਾ ਮਿਊਜ਼ਿਕ ਵੀ ਆ ਜਾਵੇ, ਇਹ ਤਾਂ ਗੱਲ ਬਣਦੀ ਨਹੀਂ, ਕਿਉਂਕਿ ਕਮਰਸ਼ੀਅਲ ਕਰਨ ਵਾਸਤੇ ਉਹਨੂੰ ਮਿਊਜ਼ਿਕ ਪਾਉਣਾ ਉਹਦੇ ਵਿੱਚ ਬੜਾ ਜ਼ਰੂਰੀ ਹੁੰਦਾ। ਪ੍ਰੋਪੇਗੰਡਾ ਫਿਲਮ ਦਾ ਉਦੋਂ ਵੀ ਹੋਇਆ, ਹੁਣ ਵੀ ਹੋਇਆ, ਅਤੇ ਹੁਣ ਜਿਸ ਤਰੀਕੇ ਨਾਲ ਸਿਆਸਤ ਜ਼ਿਆਦਾ ਮੱਗ ਗਈ ਹੈ, ਉਹ ਤੋਂ ਇੱਕ ਗੱਲ ਤਾਂ ਆਪਾਂ ਜ਼ਰੂਰ ਸਿੱਖਿਆ ਹੀ ਹੈ ਕਿ ਕੁਝ ਫਿਲਮਾਂ ਜਿਹੜੀਆਂ ਭਾਵੇਂ ਕੋਈ ਤਾਂ ਸੱਚਾਈ ਹੋਵੇ, ਪਰ ਉਹਨੂੰ ਜਿੱਦਾਂ ਕਮਰਸ਼ੀਅਲ ਕਰਨ ਵਾਸਤੇ ਜਿੰਨੀ ਤੁਸੀਂ ਕਹਿ ਰਹੇ ਹੋ ਕਿ ਉਹਦੇ ਵਿੱਚ ਕੁਝ ਨਾ ਕੁਝ ਅਜਿਹੇ ਸੀਨ ਫਿੱਟ ਕੀਤੇ ਜਾਂਦੇ ਨੇ। ਹਾਂਜੀ ਹਾਂਜੀ ਜੀ। ਦੂਜਾ ਸਵਾਲ ਮੇਰਾ ਹੈਗਾ ਕਿ ਰਾਜਸਥਾਨ ਦੇ ਵਿੱਚ ਜਿਹੜਾ ਕਾਂਗਰਸ ਕਲੇਸ਼ ਹੈਗਾ ਹਾਲੇ ਵੀ ਲਾਈਕ ਸਿਰ 'ਤੇ ਹੈਗਾ, ਉਹਦੇ ਵਿੱਚ ਗਹਿਲੋਤ ਅਤੇ ਸਚਿਨ ਪਾਇਲਟ ਦੇਖੇ ਗਏ ਨੇ ਇੱਕੋ ਹੀ ਮੰਚ 'ਤੇ, ਕੀ ਕਹਿਣਾ ਚਾਹੋਗੇ? ਦੇਖੋ ਜੀ, ਆਪਣਾ ਕੱਲ ਦੋਵਾਂ ਦਾ ਇਕੱਠੇ ਹੋਣਾ ਜੀ ਕਾਫੀ ਚਰਚਾ ਵਟੋਰ ਗਿਆ। ਇਸ ਤੋਂ ਪਹਿਲਾਂ ਦੋਵੇਂ ਟਰੈਕ ਸੀ ਰੇਲਵੇ ਦੇ, ਇਕੱਠੇ ਨਹੀਂ ਹੋ ਰਹੇ ਸੀਗੇ, ਇੱਕ ਦੂਜੇ ਨੂੰ ਅੱਖ ਨਹੀਂ ਲਾਉਂਦੇ ਸੀਗੇ, ਪਰ ਕੱਲ ਇਕੱਠੇ ਇੱਕ ਜਗ੍ਹਾ ਬਾਪੁੱਤ ਦੀ ਥਾਂ ਜਗ੍ਹਾ ਹੀ ਜਿਵੇਂ ਬਾਪੁੱਤ ਹੁੰਦੇ ਆ ਇਕੱਠੇ ਗੱਲ ਕੀਤੀ ਹੈ ਮੀਡੀਆ ਦੇ ਨਾਲ, ਇਕੱਠੇ ਉਹਨਾਂ ਨੇ ਸੰਬੋਧਨ ਕੀਤਾ। ਪਿਛਲੇ ਦਿਨ ਹੀ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਦੋਵੇਂ ਬੰਦੇ ਸਾਡੇ ਘਰ ਦੇ ਨੇ, ਸਾਡੇ ਆਪਣੇ ਨਜ਼ਦੀਕੀ ਨੇ, ਦੋਵੇਂ ਸਾਡੇ ਖਾਸ ਨੇ, ਦੋਵਾਂ ਨੂੰ ਛੱਡ ਨਹੀਂ ਸਕਦੇ ਅਸੀਂ, ਦੋਵਾਂ ਦੇ ਵਿਰੁੱਧ ਕੁਝ ਵੀ ਕਰਦੇ ਨਹੀਂ ਕਰ ਸਕਦੇ ਸੀ। ਮੇਰੇ ਖਿਆਲ 'ਚ ਨਾਲ ਗੱਲ ਲੋਕਾਂ ਵਿੱਚ ਇਹ ਆ ਗਈ ਸੀ ਕਿ ਤਾਂ ਕਾਂਗਰਸ ਦੀ ਗੱਦਾਰੀ ਕਰਨ ਲੱਗੇ ਨੇ ਦੋਵੇਂ ਬੰਦੇ ਕਾਂਗਰਸ ਦੇ ਪ੍ਰਤੀ, ਉਹ ਗੱਦਾਰੀ ਨੂੰ ਲੈ ਕੇ ਸ਼ਾਇਦ ਦੋਵਾਂ ਦੇ ਮਨ ਵਿੱਚ ਗੱਲ ਆ ਗਈ ਹੋਵੇ, ਯਾਰ ਹੁਣ ਤਾਂ ਗੱਦਾਰ ਕਹਿਣ ਲੱਗੇ ਸਨ ਕਾਂਗਰਸ ਵਿੱਚ। ਆਪਾਂ ਵੀ ਇਸ ਮੰਚ ਚਰਚਾ ਪਹਿਲਾਂ ਕੀਤੀ ਆ ਕਈ ਵਾਰੀ ਕਿ ਇੱਕ ਪਾਸੇ ਭਾਰਤ ਜੋੜਨ ਦੀ ਗੱਲ ਕਰਦੇ ਰਾਹੁਲ ਗਾਂਧੀ ਜੀ, ਦੂਜੇ ਪਾਸੇ ਰਾਜਸਥਾਨ ਦੇ ਵਿੱਚ ਕਾਂਗਰਸ ਖੁਦ ਹੀ ਪੱਟੀ ਬੈਠੀ, ਉਹ ਤਾਂ ਚਲੋ ਗੱਲ ਵੱਖਰੀ ਆ, ਕਾਂਗਰਸ ਪੱਟੀ ਬੈਠੀ ਆ ਰਾਜਸਥਾਨ ਦੇ ਵਿੱਚ, ਕੱਲ੍ਹ ਜੋੜਨ ਦੀ ਕੋਸ਼ਿਸ਼ ਕੀਤੀ ਆ। ਆਹ ਪੰਜਾਬ 'ਚ ਨਵਾਂ ਪੰਗਾ ਖੜਾ ਹੋ ਗਿਆ, ਪੰਜਾਬ 'ਚ ਨਵਜੋਤ ਸਿੱਧੂ ਚਿੱਠੀ ਪਹੁੰਚ ਗਈ ਕੋਈ, ਤੇ ਕਹਿੰਦੇ ਜੀ ਕੋਈ ਬੜਾ ਦੇਣਾ ਉਹਦਾ, ਤੇ ਕੱਲ੍ਹ ਫਿਰ ਪਗਾਮਾ ਖੜਾ ਕਰਤਾ ਜੀ ਇਹ, ਉਹਨੇ ਆਪਣਾ ਜਾਸੀ ਰੰਧਾਵਾ ਕਹਿੰਦਾ ਚਿੱਠੀ ਨਹੀਂ ਆਈ ਜੀ, ਤੇ ਨਾਲ ਰਵਨੀਤ ਬਿੱਟੂ ਕਹਿੰਦਾ ਵੀ ਗੱਦਾਰੀ ਕਰਨ ਵਾਲਾ ਨਵਜੋਤ ਸਿੱਧੂ ਆ, ਇਹਨੂੰ ਕਿਵੇਂ ਦੇ ਸਕਦੇ ਹਾਂ ਵੱਡਾ ਉਹਦਾ,
ਰਨਾਵਾ ਕਹਿੰਦਾ ਜੀ ਜੇਕਰ ਉਹਦੇ ਦਿਨ ਦੀ ਗੱਲ ਕੀਤੀ ਪ੍ਰਿਯੰਕਾ ਕਹਿੰਦੇ ਅਸੀਂ ਪੁਰਾਣੇ ਕਾਂਗਰਸੀ ਬੈਠਾਂਗੇ ਬੈਠ ਕੇ ਅਸੀਂ ਚਰਚਾ ਕਰਾਂਗੇ ਕਿ ਉਹਦਾ ਨੂੰ ਮਿਲਣਾ ਚਾਹੀਦਾ ਨਾ ਨਾ ਮਿਲਣਾ ਚਾਹੀਦਾ ਔਖੇ ਵੇਲੇ ਦੀ ਗੱਲ ਆ ਰਮਨੀਤ ਕਹਿੰਦਾ ਜਦੋਂ ਔਖੇ ਵੇਲੇ ਸੀਗੇ ਅਸੀਂ ਪ੍ਰਿਯੰਕਾ ਗਾਂਧੀ ਬੋਲ ਰਹੀ ਸੀਗੀ ਸਟੇਜ ਦੇ ਉੱਤੇ ਉਦੋਂ ਕਹਿੰਦਾ ਨਵਜੋਤ ਸਿੱਧੂ ਬੋਲਿਆ ਵੀ ਨੀ ਸੀਗਾ ਉੱਥੇ ਸਟੇਜ ਦੇ ਉੱਪਰ ਕਹਿੰਦਾ ਇਹਦਾ ਗਦਾਰ ਆ ਕਾਂਗਰਸ ਦਾ ਇਸ ਗਦਾਰ ਕਾਂਗਰਸ ਨੂੰ ਅਸੀਂ ਵੱਡਾ ਅਹੁਦਾ ਕਿਵੇਂ ਦੇ ਦਈਏ ਸ਼ੁਰੂ ਹੋ ਗਿਆ ਪੰਜਾਬ ਕਾਂਗਰਸ ਮਗ ਪਿਆ ਮਤਲਬ ਕੋਲੇ ਰੱਖ ਦਿੱਤੇ ਮਤਲਬ ਕੋਲੇ ਰੱਖ ਦਿੱਤੇ ਹੁਣ ਫੂਕਾਂ ਵੱਜਣੀਆਂ ਜਿਹੜੀਆਂ ਨੇ ਉਹ ਬਾਕੀ ਨੇ ਹਾਂਜੀ ਤੇ ਫੂਕਾਂ ਬਿਆਨਾਂ ਦੀਆਂ ਆਉਣੀਆਂ ਹੀ ਆਉਣੀਆਂ ਨੇ 26 ਜਨਵਰੀ ਦੂਰ ਆ ਉਦੋਂ ਪਹਿਲਾਂ ਪਹਿਲਾਂ ਗਣਤੰਤਰ ਦਿਵਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਆਪਣੇ ਜਿਹੜੇ ਨੇ ਉਹ ਇੱਕ ਤਿੱਤਾਂ ਘੜਨੀ ਸ਼ੁਰੂ ਕਰ ਦੇਣੀ ਕਿ ਇਹ ਜਿਹੜੇ ਮਤਲਬ ਕੋਲਿਆਂ ਨੇ ਇਹਨਾਂ ਨੂੰ ਅੰਗਾਰ ਕਿਵੇਂ ਬਣਾਉਣਾ ਅੱਛਾ ਚਲੋ ਮੰਗਦੀ ਰਹੇ ਗੱਲ ਇਹਨਾਂ ਦੀ ਆਪਸ ਵਿੱਚ ਹੈ ਕਾਂਗਰਸ ਪ੍ਰਧਾਨ ਮਲਕਾ ਅਰਜੁਨ ਖੜਗੇ ਨੇ ਜਿਹੜੀ ਬਿਆਨ ਦਿੱਤਾ ਹੈ ਉਹ ਵੀ ਕੋਈ ਛੋਟਾ ਨਹੀਂ ਹੈ ਨਰਿੰਦਰ ਮੋਦੀ ਦੇ ਰਾਵਣ ਦੇ ਵਾਂਗ 10 ਸਿਰ ਹਨ 10 ਹੁਣ ਇਸ ਨੂੰ ਜਿੱਦਾਂ ਮਰਜ਼ੀ ਲੈ ਲਓ ਤੁਸੀਂ ਇਹਨੂੰ ਤੁਸੀਂ ਉਲਟਾ ਵੀ ਲੈ ਸਕਦੇ ਹੋ ਸਿੱਧਾ ਵੀ ਲੈ ਸਕਦੇ ਹੋ ਜੇ ਕੋਈ ਇਹਦਾ ਵਿਰੋਧ ਕਰੂਗਾ ਇਹਦਾ ਮਤਲਬ ਰਾਵਣ ਤਾਂ ਮਹਾਂਗਿਆਨੀ ਸੀ 10 ਸਿਰਾਂ ਜਿੰਨਾ ਗਿਆਨ ਸੀ ਉਹਦੇ ਕੋਲ ਅਤੇ ਜੇ ਇਹਨੂੰ ਆਪਾਂ ਲੈ ਲਾਂਗੇ ਦੂਜੇ ਕਿਰਤਕੰਤਾ ਵਾਲੇ ਪਾਸੇ ਨੂੰ ਕਿ ਨਹੀਂ ਜੀ ਉਹ ਤਾਂ ਜ਼ਾਲਮ ਸੀ ਦੁਸ਼ਟ ਸੀ ਹਾਂਜੀ ਆਪਾਂ ਕਹਿੰਦੇ ਹਾਂ ਨਾ ਕਿ ਬਦੀ ਦੇ ਉੱਤੇ ਨੇਕੀ ਦੀ ਜਿੱਤ ਆ ਰਾਵਣ ਨੂੰ ਸਾੜਿਆ ਜਾਂਦਾ ਹੁਣ ਸੰਬਿਤ ਪਾਤਰਾ ਚੁੱਪ ਰਹਿਣ ਵਾਲੇ ਤਾਂ ਹੈ ਨਹੀਂ ਹਾਂਜੀ ਕੀ ਕਹਿਣਾ ਚਾਹੋਗੇ ਸਾਡੇ ਪ੍ਰਧਾਨ ਮੰਤਰੀ ਰਾਵਣ ਕਹਿਤਾ ਜੀ ਮਲਕਾ ਅਰਜੁਨ ਖੜਗੇ ਨੇ ਮਲਕਾ ਅਰਜੁਨ ਖੜਗੇ ਸਾਡੇ ਪ੍ਰਧਾਨ ਮੰਤਰੀ ਰਾਵਣ ਕਹਿ ਗਿਆ ਹੈ ਇਹਦਾ ਜਵਾਬ ਦੇਣਗੇ ਗੁਜਰਾਤ ਦੇ ਲੋਕ ਰਾਵਣ ਕਿਉਂ ਕਿਹਾ ਉਹਨਾਂ ਨੇ ਅਸਲ ਚ ਉਹ ਕਹਿੰਦੇ ਜੀ ਉਹਨਾਂ ਦਾ ਗੱਲ ਕਹਿਣ ਦਾ ਤਰਕ ਹੈਗਾ ਇੱਕ ਕਹਿੰਦੇ ਆ ਮਲਕਾ ਅਰਜੁਨ ਖੜਗੇ ਕਹਿੰਦੇ ਜੀ ਇੱਕ ਨੰਬਰ ਤਾਂ ਜਦੋਂ ਚੋਣਾਂ ਹੋਈਆਂ ਐਮਸੀਡੀ ਆ ਤਾਂ ਫਿਰ ਮੋਦੀ ਜੀ ਦਾ ਚਿਹਰਾ ਸਾਹਮਣੇ ਆ ਗਿਆ ਚੋਣਾਂ ਹੋਈਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਤਾਂ ਮੋਦੀ ਦਾ ਚਿਹਰਾ ਆ ਗਿਆ ਸਾਹਮਣੇ ਚੋਣਾਂ ਹੋਈਆਂ ਐਮਐਲਏ ਦੀਆਂ ਤਾਂ ਜ਼ਿਲ੍ਹਾ ਪ੍ਰੀਸ਼ਦ ਤਾਂ ਚੋਣਾਂ ਚਿਹਰਾ ਮੋਦੀ ਦਾ ਸਾਹਮਣੇ ਆ ਗਿਆ ਜਿਹੜਾ ਚੋਣਾਂ ਹੁੰਦੀਆਂ ਨੇ ਸਾਡੀਆਂ ਪਾਰਲੀਮੈਂਟ ਆ ਮੋਦੀ ਚਿਹਰਾ ਸਾਹਮਣੇ ਤੁਸੀਂ ਮੋਦੀ 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 ਕਰਕੇ ਉਹ ਇੰਨਾ ਜ਼ਿਆਦਾ ਉਸ ਨੂੰ ਚਿਹਰਾ ਲੈ ਕੇ ਆਉਂਦੇ ਹੋ ਕਿ ਤੁਹਾਡੀ ਭਾਜਪਾ 'ਚ ਕੋਈ ਹੋਰ ਚਿਹਰਾ ਹੈ ਨੀਗਾ ਸਾਰੇ ਹੀ ਮੋਦੀ ਦੇ ਖੜ ਜਾਂਦੇ ਆ ਕੇ ਇੰਝ ਲੱਗਦਾ ਜਿਵੇਂ ਜਿਵੇਂ ਮੋਦੀ ਦੇ 10 ਦਿਨਾਂ ਵਰਗਾ ਦਿਮਾਗ ਹੁੰਦਾ ਜਿਵੇਂ 10 ਦਿਨਾਂ ਵਾਂਗ ਕੰਮ ਕਰ ਰਿਹਾ ਹੁੰਦਾ ਮੋਦੀ ਰਾਵਣ ਵਾਂਗ ਕੰਮ ਕਰ ਰਿਹਾ ਹੁੰਦਾ ਉਹਦਾ ਤਰੀਕਾ ਦੇਖੋ ਹੁਣ ਕੀ ਆ ਕਹਿਣ ਦਾ ਮਲਕਾ ਅਰਜੁਨ ਦਾ ਤੇ ਉਹ ਭੜਕਣਾ ਲਾਜ਼ਮੀ ਸੀਗਾ ਰਾਵਣ ਹੁਣ ਸਿਆਸਤ ਬੜੀ ਵੱਡੀ ਆ ਰਾਵਣ ਗੱਲ ਕਹਿ ਕੇ ਉਹਨੇ ਆਪਣੀ ਗੱਲ ਫਿਰ ਭਾਵੇਂ ਕਿ ਮਲਕਾ ਅਰਜੁਨ ਖੜਗੇ ਨੇ ਗੁਜਰਾਤ ਦੇ ਵਿੱਚ ਨਾ ਬੜੇ ਪੱਤੇ ਖੇਡੇ ਹੋਏ ਨੇ ਮਲਕਾ ਅਰਜੁਨ ਕਹਿੰਦਾ ਮੈਂ ਦਲਿਤ ਹੈਗਾ ਮੇਰੇ ਤਾਂ ਕੋਈ ਚਾਹ ਵੀ ਨੀ ਪੀਂਦਾ ਸਾਡੇ ਘਰ ਚ ਸਾਡੇ ਤਾਂ ਲੋਕ ਦੂਰ ਦੂਰ ਹੁੰਦੇ ਆ ਮੋਦੀ ਜੀ ਤਾਂ ਚਾਹ ਪੀਂਦੇ ਸੀ ਲੋਕ ਮੈਨੂੰ ਤਾਂ ਸਾਨੂੰ ਤਾਂ ਲੋਕ ਨਵੇਂ ਨੀ ਬੈਠਣ ਦਿੰਦੇ ਤੇ ਉਹ ਕਰਦੇ ਆ ਮੈਂ ਕਿੱਧਰੋਂ ਹੋ ਗਿਆ ਦਲਿਤ ਮਲਕਾ ਅਰਜੁਨ ਖੜਗੇ ਕਿਹੜੇ ਪਾਸਿਓਂ ਦਲਿਤ ਆ ਉਹ ਤੇ ਕਿਹੜੇ ਕਿਹੜੇ ਦਲਿਤਾਂ ਦੀ ਗੱਲ ਕਰਦਾ ਉਹ ਤੇ ਪਰ ਕਿਉਂਕਿ ਕਾਂਗਰਸ ਨੇ ਦਲਿਤ ਪ੍ਰਧਾਨ ਬਣਾਇਆ ਇਸ ਕਰਕੇ ਦਲਿਤਾਂ ਦੀ ਗੱਲ ਤਾਂ ਕਰਨੀ ਪੈਣੀ ਉਹਨਾਂ ਨਾਲ ਤੇ ਇਸ ਕਰਕੇ ਉਹ ਦਲਿਤਾਂ ਦੀ ਗੱਲ ਕਰਦਾ ਮੈਂ ਚਾਹੁੰਦਾ ਸਾਹਿਬ ਇੱਕ ਬੜੀ ਇੰਟਰਸਟਿੰਗ ਗੱਲ ਹੈ ਜਿਹੜੀ ਗੱਲ ਉੱਠਣ ਲੱਗੀ ਹੈ ਨਾ ਇਹ ਦਲਿਤਾਂ ਵਾਲੀ ਗੱਲ ਦਲਿਤ ਪ੍ਰਧਾਨ ਬਣਾ ਦਿਓ ਜੀ ਦਲਿਤ ਮੁੱਖ ਮੰਤਰੀ ਬਣਾ ਦਿਓ ਜੀ ਇਹ ਕਿਹੜੇ ਦਲਿਤ ਮੁੱਖ ਮੰਤਰੀ ਆ ਕਿਹੜੇ ਦਲਿਤਾਂ ਜਾ ਕੇ ਬਹਿੰਦੇ ਆ ਇਹ ਕਿਹੜੇ ਦਲਿਤਾਂ ਦੀ ਗੱਲ ਕਰਦੇ ਆ ਇਹ ਇੱਕ ਬੰਦਾ IAS ਬਣ ਗਿਆ ਆਪਣੇ ਉਹਦਾ ਭਰਾ ਹੈਗਾ ਘਰੇ ਵਿਚਾਰਾ ਉਹਨੇ ਪੜ੍ਹਾਇਆ ਉਹਨੂੰ ਗਰੀਬ ਰਹਿ ਗਿਆ ਉਹਦੇ ਬੱਚੇ ਗਰੀਬ ਰਹਿ ਗਏ ਉਹਨੂੰ ਪੁੱਛੋ IAS ਨੂੰ ਕਿ ਤੂੰ ਤੇਰੇ ਮੁੰਡੇ ਦਾ ਪੜ੍ਹਾ ਲਿਆ ਭਾਈ SC ਸਰਟੀਫਿਕੇਟ ਲਾ ਕੇ ਤੂੰ ਦੱਸ ਕਿ ਤੂੰ ਆਪਣੇ ਭਰਾ ਦੇ ਮੁੰਡੇ ਰਹਿ ਗਿਆ ਪਿੱਛੇ ਉਹਨਾਂ ਵਾਸਤੇ ਕੁਝ ਕੀਤਾ ਉਹ ਟਾਈਮ ਨੀ ਹੈਗਾ ਜੀ ਨਹੀਂ ਟਾਈਮ ਹੈਗਾ ਤੁਸੀਂ ਖੁਦ ਸਰਟੀਫਿਕੇਟ ਲਾ ਲਾ ਕੇ SC ਦਾ ਬਣ ਕੇ ਵੱਡੇ ਬਣ ਜਾਂਦੇ ਤੁਸੀਂ ਤੇ ਕਿਤੇ ਇਹ ਮਲਕਾ ਅਰਜੁਨ ਖੜਗੇ ਨੂੰ ਪੁੱਛੋ ਕਿ ਤੁਸੀਂ ਕਿਤੇ ਆਪਣੇ ਭਾਈ ਬੰਨਾ ਪਿੱਛੇ ਪਿੰਡ ਦੇ ਵਾਸਤੇ ਕੋਈ ਕੰਮ ਕੀਤਾ ਉਹ ਫਿਰ ਕਹਿਣਗੇ ਜੀ ਸਿਆਸਤ ਤੋਂ ਟਾਈਮ ਕਿੱਥੇ ਮਿਲਦਾ ਸੋ ਦਲਿਤ ਇਹਨਾਂ ਨੇ ਉਦੋਂ ਯਾਦ ਆਉਂਦੇ ਆ ਜਦੋਂ ਚੋਣਾਂ ਹੁੰਦੀਆਂ ਨੇ ਬਿਲਕੁਲ ਜਿਵੇਂ ਸਾਡੇ ਸਿੱਖਾਂ ਨੂੰ 1984 ਦਰਬਾਰ ਸਾਹਿਬ ਦੇ ਅਟੈਕ 84 ਦੀਆਂ ਦਿੱਲੀ ਦੀਆਂ ਕਤਲੇਆਮ ਦੀਆਂ ਘਟਨਾਵਾਂ ਯਾਦ ਆ ਜਾਂਦੀਆਂ ਉਹ ਕਾਂਗਰਸੀਆਂ ਨੂੰ ਵੀ ਆ ਜਾਂਦੀਆਂ ਨੇ ਅਤੇ ਭਾਜਪਾਈਆਂ ਨੂੰ ਵੀ ਆ ਜਾਂਦੀਆਂ ਨੇ ਅਤੇ ਅਕਾਲੀਆਂ ਨੂੰ ਤਾਂ ਆਉਣੀਆਂ ਹੀ ਆਉਣੀਆਂ ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ